ਮੈਂ ਆਪਣਾ ਸਿਰ ਰੱਖਿਆ ਉਹਦੇ ਪੈਰਾਂ 'ਚ। ਮੈਨੂੰ ਕਹਿੰਦੇ ਕਿਆ ਕਰਦੇ, ਮੈਂ ਕਿ ਹਿੱਲਿਓ ਨਾ, ਅਤੇ ਮੈਂ ਜੱਫੀ ਪਾ ਲਈ। ਮੈਂ ਕਿਹਾ ਅੱਜ ਮੈਂ ਇਨਸਾਨ ਦੇ ਰੂਪ 'ਚ ਰੱਬ ਪਹਿਲੀ ਵਾਰੀ ਦੇਖੇ। ਬਾਈ ਜੀ ਮੇਰੀਆਂ ਅੱਖਾਂ 'ਚੋਂ ਨਾ ਅੱਥਰੂ ਨਹੀਂ ਰੁਕੇ, ਮੈਂ ਜੱਫੀ ਪਾ ਕੇ ਰੋਣ ਲੱਗ, ਇੰਨਾ ਨਿੱਘ ਸੀ ਉਹਦੇ ਪਿਆਰ 'ਚ। ਇਹ ਸਾਡੇ ਵਾਲੇ ਤਾਂ ਤੂੰ ਤੂੰ ਫੜਿਆ ਹੁੰਦਾ 10 ਗੱਡੀਆਂ ਅੱਗੇ 10 ਪਿੱਛੇ, ਤਾਂ ਗੱਲ ਹੀ ਕੋਈ ਨਹੀਂ, ਕਿਸੇ ਨੇ ਕਰਦੇ ਹਟ ਜਾ ਬਾਈ, ਕਿਸੇ ਨੇ ਗੋਲੀ ਨਾ ਵੀ ਮਾਰਨੀ ਹੋਵੇ ਤਾਂ ਵੀ ਮਾਰ ਦੂਗਾ। ਉਹ ਜੀ ਚੱਪਲਾਂ ਪਾਈਆਂ, ਬਾਹਰ ਅੰਬੈਸਡਰ ਕਾਰ 'ਚ ਉਤਰਿਆ, ਹੱਥ ਜੋੜਿਆ, ਮਿੱਟੀ ਨੂੰ ਹੱਥ ਲਾਇਆ, ਸਾਰਿਆਂ ਦੇ ਚਰਨਾਂ 'ਚ ਮੱਥਾ ਟੇਕਿਆ। ਉੱਥੇ ਪ੍ਰੈਸ ਅਤੇ ਦੁਨੀਆ ਕੀ ਖੜੀ, ਮੈਂ ਦੱਸ ਨਹੀਂ ਸਕਦਾ। ਲੈ ਸੁਣੋ ਹੁਣ, ਤੋਂ ਸੁਣੀ ਵੀ ਨਹੀਂ ਜਾਣੀ, 10 ਦਿਨ ਮੈਂ ਰਿਹਾ ਉੱਥੇ। ਪਹਿਲੇ ਦਿਨ ਗਿਆ ਜੀ, ਮੈਂ ਵੀ ਰਜਨੀਕਾਂਤ ਆ ਰਿਹਾ, ਔਰ ਇੱਥੇ ਗੱਡੀਆਂ ਛੱਡੀਆਂ, ਹੈਲੀਕਾਪਟਰ, ਦੁਨੀਆ ਖੜੀ ਜੀ ਉਹਨੂੰ ਦੇਖਣ ਵਾਸਤੇ। ਮੈਂ ਕਿਹਾ ਯਾਰ ਗ੍ਰੇਟ ਸਟਾਰ ਬੰਦਾ ਹੈ ਜੀ, ਅੰਬੈਸਡਰ ਗੱਡੀ 'ਚ ਧੋਤੀ ਪਾਈ, ਤਿੰਨ ਉਹਦੇ ਅਸਿਸਟੈਂਟ, ਤਿੰਨੇ ਬੀਬੀਆਂ ਬੇਟੀਆਂ, ਇੱਕ ਵਿਗ ਵਾਲੀ, ਇੱਕ ਮੇਕਅਪ ਵਾਲੀ, ਇੱਕ ਉਹਨਾਂ ਦਾ ਜਿਹੜੇ ਕੰਮ ਸੰਭਾਲਦੇ। ਉਹ ਜੀ ਚੱਪਲਾਂ ਪਾਈਆਂ, ਬਾਹਰ ਅੰਬੈਸਡਰ ਕਾਰ 'ਚ ਉਤਰਿਆ, ਹੱਥ ਜੋੜਿਆ, ਮਿੱਟੀ ਨੂੰ ਹੱਥ ਲਾਇਆ, ਸਾਰਿਆਂ ਦੇ ਚਰਨਾਂ 'ਚ ਮੱਥਾ ਟੇਕਿਆ। ਉੱਥੇ ਪ੍ਰੈਸ ਅਤੇ ਦੁਨੀਆ ਕੀ ਖੜੀ, ਮੈਂ ਦੱਸ ਨਹੀਂ ਸਕਦਾ। ਮੈਂ ਕਿਹਾ ਯਾਰ ਇਹ ਸਾਡੇ ਵਾਲੇ ਤਾਂ ਤੂੰ ਤੂੰ ਫੜਿਆ ਹੁੰਦਾ 10 ਗੱਡੀਆਂ ਅੱਗੇ 10 ਪਿੱਛੇ, ਤਾਂ ਗੱਲ ਹੀ ਕੋਈ ਨਹੀਂ, ਕਿਸੇ ਨੇ ਕਰਦੇ ਹਟ ਜਾ ਬਾਈ, ਕਿਸੇ ਨੇ ਗੋਲੀ ਨਾ ਵੀ ਮਾਰਨੀ ਹੋਵੇ ਤਾਂ ਵੀ ਮਾਰ ਦੂਗਾ, ਜਿਹਦੇ ਨਾਲ ਬੰਦੇ ਬੜੇ ਤੋਏ ਫਿਰਦੇ ਆ, ਅਤੇ ਕੱਖ ਗੱਲ ਹੀ ਉੱਥੇ ਕੋਈ ਨਹੀਂ। ਮੈਂ ਬਾਈ ਜੀ ਸੈੱਟ 'ਤੇ ਖੜਾ, ਰਜਨੀਕਾਂਤ ਜੀ ਆਏ, ਉਹ ਵਿਗ ਸ਼ਿਗ ਪਾ ਕੇ ਸਾਰਾ ਕੁਛ ਬਦਲ ਗਿਆ। ਆ ਕੇ ਉਹਨੇ ਮੈਨੂੰ ਦੇਖਿਆ, ਲੈ ਮੈਂ ਤੁਹਾਨੂੰ ਐਕਟਿੰਗ ਕਰਕੇ ਕਹਿੰਦਾ ਹੋਇਆ ਕੀ ਹੈ, ਐਂ ਆਏ ਤਾਂ ਖੜ ਗਏ ਅਤੇ ਮੈਨੂੰ ਕਹਿੰਦੇ ਮੈਂ ਤੇਰੇ ਕੋਲ ਆਉਣਾ। ਮੈਂ ਕਿਹਾ ਜੀ ਮੈਂ ਆਉਣਾ। ਬਾਈ ਜੀ ਉਹ ਬੰਦਾ ਭੱਜਿਆ, ਉਹਨੇ ਮੈਨੂੰ ਗਲ ਨਾਲ ਲਾਇਆ, ਪਤਾ ਉਹਨੇ ਕੀ ਕਿਹਾ, ਕਹਿੰਦਾ ਮੈਂ ਉਸ ਭਗਵਾਨ ਕੋ ਮਿਲਣਾ ਚਾਹਤਾ ਥਾ ਜਿਸਨੇ ਹਮਾਰੇ ਦੇਸ਼ ਕੇ ਲੀਏ ਐਸਾ ਬੇਟਾ ਪੈਦਾ ਕੀਆ ਜੋ ਆਪਣੀ ਜਾਨ ਪੇ ਖਿਲ ਗਿਆ। ਬਾਈ ਜੀ ਮੇਰੀਆਂ ਅੱਖਾਂ 'ਚੋਂ ਨਾ ਅੱਥਰੂ ਨਹੀਂ ਰੁਕੇ, ਮੈਂ ਜੱਫੀ ਪਾ ਕੇ ਰੋਣ ਲੱਗ, ਇੰਨਾ ਨਿੱਘ ਸੀ ਉਹਦੇ ਪਿਆਰ 'ਚ। ਅਤੇ ਮੈਨੂੰ ਮਿਲਣ ਦਾ ਬੜਾ, ਮੇਰੇ ਹੁਣ ਵੀ ਅੱਖਾਂ ਭਰ ਜਾਂਦੀਆਂ, ਇਹੋ ਜਿਹੀਆਂ ਗੱਲਾਂ ਤੁਹਾਨੂੰ ਮਿਲਦੀਆਂ ਨਹੀਂ। ਮੈਂ ਉਹਨਾਂ ਕੋਲ ਰੋਜ਼ ਬਹਿਣਾ, ਉਹਨੇ ਮੈਨੂੰ ਕਹਿਣਾ ਗੱਲਾਂ ਕਰਨੀਆਂ ਦੁਨੀਆ ਦੀਆਂ, ਦੇਸ਼ ਦੀਆਂ, ਅਤੇ ਮੈਂ ਕਿਹਾ ਜੀ ਤੁਸੀਂ ਬਹੁਤ ਸਿੰਪਲ ਰਹਿੰਦੇ ਹੋ। ਕਹਿੰਦੇ ਬੇਟਾ ਭਾਈ ਮੇਰੇ, ਘੜੀ ਲੱਖ ਰੁਪਏ ਕੀ ਹੋ, 10 ਰੁਪਏ ਕੀ ਹੋ, ਦੇਖਣਾ ਤੋ ਵਕਤ ਹੀ ਹੈ, ਸੁਣੀ ਹੈ। ਗਾੜੀ 10 ਕਰੋੜ ਕੀ ਹੋ, 20,000 ਕੀ ਹੋ, 10,000 ਕੀ ਹੋ, ਜਾਣਾ ਹੀ ਹੈ। ਬਾਈ ਜੀ ਕਿਹੜੀ ਗੱਲ ਮੈਂ ਤੁਹਾਨੂੰ ਸੁਣਾਵਾਂ, ਮੈਂ ਉਹਦੀਆਂ ਗੱਲਾਂ ਸੁਣਾ, ਮੈਂ ਦੇਖਾਂ ਬੰਦਾ ਸ਼ਾਰਟ ਦੇਵੇ ਜਾ ਕੇ ਐਂ ਕਰਕੇ ਮੁਦਰਾ 'ਚ ਬਹਿ ਜਾਓ, ਸ਼ਾਰਟ ਰੈਡੀ ਹੈ, ਚਲੋ ਭਾਈ ਆ ਕੇ ਸ਼ਾਰਟ ਦੇਣਾ, ਦੇਖਣਾ, ਬਹਿ ਜਾਣਾ, ਜਦ ਵੀ ਸੈੱਟ 'ਤੇ ਰੋ ਜਾਣਾ, ਮੱਥਾ ਟੇਕਣਾ ਸਾਰਿਆਂ ਨੂੰ, ਔਰ ਬੋਲੀ ਵੀ ਮੂੰਹ 'ਚੋਂ ਜਿਵੇਂ ਨਾ ਲੱਡੂ ਹੀ ਕਰੀ ਜਾਂਦੇ ਹੈ, ਇੰਨੀ ਪਿਆਰੀ, ਇੰਨੀ ਨਿਮਰਤਾ। ਅਤੇ ਮੈਨੂੰ ਕਹਿੰਦੇ ਇੱਕ ਦਿਨ ਖਾਣਾ ਖਾਣੇ ਘਰ ਆਓ। ਹੁਣ ਬੋਂਬੇ ਅਸੀਂ ਸੀਗੇ ਜੀ, ਬੋਂਬੇ ਅਸੀਂ ਚਲੇ ਗਏ, ਮਹਾਰਾਜ ਬਰਸਾਤ ਪਵੇ, ਮੀਂਹ ਵਰਖੇ, ਤੁਸੀਂ ਯਕੀਨ ਕਰਿਓ ਜੇ 50,000 ਬੰਦਾ ਖੜਾ ਜਿੱਥੇ ਉਹਨੇ, ਕਿਉਂਕਿ ਬੋਂਬੇ ਆਇਆ ਸੀ ਆਪਣੇ ਘਰ, ਮਦਰਾਸ ਉਹਦਾ ਘਰ ਹੈ, ਅਤੇ ਉਹ ਗੱਡੀ 'ਚ ਉਤਰਿਆ, ਬਾਰਿਸ਼ ਪੈ ਰਹੀ ਹੈ, ਧੋਤੀ ਪਾਈ ਹੈ ਵਿਚਾਰੇ ਨੇ, ਬਨੈਣ ਪਾਈ, ਉੱਤੇ ਆਪੇ ਜਨੇਊ ਪਾਇਆ, ਅਤੇ ਜਾ ਕੇ ਨਾ ਫੋਟੋ ਖਿਚਾ ਰਹੇ ਸਾਰੇ ਨਾਲ। ਮੈਂ ਕਿਹਾ ਸਰ ਗੀਲੇ ਹੋ ਜਾਓ, ਕਹਿੰਦੇ ਨਹੀਂ ਨਹੀਂ ਮੈਂ ਇਨਕੀ ਵਜ੍ਹਾ ਸੇ ਹੂੰ, ਮੇਰੇ ਮੇਂ ਦਮ ਨਹੀਂ ਹੈ, ਇਹ ਅਜੂਬਾ ਹੈ, ਮੈਂ ਕੰਡਕਟਰ ਥਾ, ਬੱਸ ਵਾਲਾ ਕੰਡਕਟਰ ਥਾ, ਖੁਦਾ ਨੇ ਰਹਿਮਤ ਕਰੀ, ਇਨ ਲੋਗੋ ਨੇ ਪਿਆਰ ਦਿਆ, ਮੈਂ ਇਨਕੇ ਲਈ ਖੜਾ ਰਿਹਾ ਜੀ 2 ਘੰਟੇ, ਬੰਦੇ ਨੇ ਫੋਟੋਆਂ ਖਿਚਾਈਆਂ, ਦੁਨੀਆ ਦੇ ਪੈਰੀ ਹੱਥ ਬਾਈ ਜੀ ਲਾਉਂਦੀ, ਸਵੇਰੇ ਆਰਤੀਆਂ ਹੁੰਦੀਆਂ ਉਸ ਬੰਦੇ ਦੀਆਂ। ਉਹਦੇ ਨਾਲ 10 ਦਿਨ ਮੈਂ ਗੁਜ਼ਾਰੇ। ਮੈਂ ਕਿਹਾ ਜੀ ਇੱਥੇ ਖੜ ਜਾਓ ਜਰਾ ਇੱਕ ਮਿੰਟ, ਜਾਣ ਤੋਂ ਪਹਿਲਾਂ ਮੈਂ ਆਪਣਾ ਸਿਰ ਰੱਖਿਆ ਉਹਦੇ ਪੈਰਾਂ 'ਚ। ਮੈਨੂੰ ਕਹਿੰਦੇ ਕਿਆ ਕਰਦੇ, ਮੈਂ ਕਿ ਹਿੱਲਿਓ ਨਾ, ਅਤੇ ਮੈਂ ਜੱਫੀ ਪਾ ਲਈ। ਮੈਂ ਕਿਹਾ ਅੱਜ ਮੈਂ ਇਨਸਾਨ ਦੇ ਰੂਪ 'ਚ ਰੱਬ ਪਹਿਲੀ ਵਾਰੀ ਦੇਖੇ।